ਸੋਮਵਾਰ ਨੂੰ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਦੇ ਰੇਲਵੇ ਟਰੈਕ ਤੋਂ GRP ਟੀਮ ਨੇ 3 ਕਿਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਕਿ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 15 ਕਰੋੜ ਰੁਪਏ ਮੰਨੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਬਾਰਡਰ ਦੀ 0 ਲਾਈਨ ਤੋਂ ਅਟਾਰੀ ਸਟੇਸ਼ਨ ਤੱਕ ਤਕਰੀਬਨ 2 ਕਿਲੋਮੀਟਰ ਤੱਕ ਦਾ ਰੇਲਵੇ ਟਰੈਕ ਹੈ। ਪੁਲਿਸ ਦੇ ਮੁਤਾਬਿਕ ਕਿਸੇ ਯਾਤਰੀ ਨੇ ਹੈਰੋਇਨ ਦੀ ਵੱਡੀ ਖੇਪ ਫੜੇ ਜਾਣ ਦੇ ਡਰ ਤੋਂ ਸੁੱਟ ਦਿੱਤੀ ਹੈ, ਪਰ ਟ੍ਰੇਨ ਦੇ ਨਾਲ ਚੱਲਣ ਵਾਲੀ ਗਾਰਡ ਟੀਮ ਨੇ ਇਸ ਨੂੰ ਬਰਾਮਦ ਕਰ ਲਿਆ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੈਰੋਇਨ ਦੇ ਨਾਲ ਨਾਲ ਬੈਗ ਦੇ ਵਿੱਚੋਂ 2 ਪਾਕਿਸਤਾਨੀ ਸਿਮ ਵੀ ਬਰਾਮਦ ਹੋਏ ਹਨ। ਕੱਲ੍ਹ ਮੰਡੇ ਨੂੰ ਸਮਝੌਤਾ ਅਕਸਰ ਪਾਕਿਸਤਾਨ ਜਾ ਰਹੀ ਸੀ ਅਟਾਰੀ ਬਾਰਡਰ ਤੋਂ। ਰਸਤੇ 'ਚ ਆਪਣੇ ਜਵਾਨ ਜਿਹੜੇ ਨਾਲ ਰਸਤੇ ਡਿਊਟੀ ਸਿਕਿਉਰਿਟੀ ਵਾਸਤੇ ਲਏ ਸੀਗੇ, ਉਹਨਾਂ 'ਚ ਦੇਖਿਆ ਵੀ ਕਿਸੇ ਨੇ ਕੋਈ ਬੈਗ ਵਾਲਾ ਟ੍ਰੇਨ 'ਚ ਸੁੱਟਿਆ ਬਾਹਰ ਝਾੜੀਆਂ 'ਚ। ਉਹਨਾਂ ਨਾਲੋਂ ਨਾਲ ਫੋਨ ਚੌਂਕੀ ਇੰਚਾਰਜ ਅਟਾਰੀ ਉੱਤੇ ਫੋਨ ਕੀਤਾ। ਚੌਂਕੀ ਇੰਚਾਰਜ ਆਪਣੀ ਜਾ ਕੇ ਮੌਕੇ 'ਤੇ ਸਰਚ ਕੀਤੀ, ਉਹਨਾਂ ਉਹ ਝਾੜੀਆਂ ਦੇਖਿਆ ਅਤੇ ਇੱਕ ਬੈਗ ਬਰਾਮਦ ਹੋਇਆ, ਜਿਹਨੂੰ ਬਾਅਦ 'ਚ ਪੁਲਿਸ ਦੇ ਪਤਾ ਲੱਗਿਆ ਉਹਦੇ 'ਚ 3 ਪੈਕਟ ਸੀਗੇ ਹੀਰੋਇਨ। ਜਿਹੜੀ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਜੀ ਕਿ ਜਿਹੜੀ ਟ੍ਰੇਨ ਜਾ ਰਹੀ ਸੀ ਇੱਧਰੋਂ, ਉਸ ਤੋਂ ਵਿੱਚੋਂ ਹੈਰੋਇਨ ਬਾਹਰ ਸੁੱਟੀ ਗਈ, ਕਿ ਕੋਈ ਇਹੋ ਜਿਹੇ ਤਸਕਰ ਹੈ ਜਿਹੜੇ ਹੈਰੋਇਨ ਇੱਧਰੋਂ ਪਾਕਿਸਤਾਨ ਭੇਜਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਕੀ ਸੀ? ਇਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਪੂਰਾ, ਕਿ ਡੀਪਲੀ ਕਰਾਂਗੇ ਇਨਵੈਸਟੀਗੇਸ਼ਨ ਕੀ ਗੱਲ ਸੀ, ਕੀ ਕੀ ਮਾਮਲਾ ਸੀ ਇਹਦੇ 'ਚ। ਕੁਛ ਹੋਰ ਵੀ ਬਰਾਮਦ ਹੋਇਆ ਜੀ ਉਹਦੇ ਵਿੱਚ ਹੈਰੋਇਨ ਦੇ ਨਾਲ? ਹਾਂ, ਜਦੋਂ ਪੈਕਟ ਖੁੱਲ੍ਹੇ ਗਏ ਸੀਗੇ, ਟੇਪ ਵਗੈਰਾ ਜਿਹੜੀ ਉਦੋਂ ਟੇਪ ਉੱਤੇ ਸੀ ਉਹਨੂੰ ਲਪੇਟੀ, ਉਹ ਟੇਪ ਖੁੱਲ੍ਹੀ ਹੈ ਅਤੇ ਉਹਦੇ ਨੀਚੋਂ ਮਤਲਬ 2 ਸਿਮਾਂ ਵੀ ਬਰਾਮਦ ਹੋਈਆਂ ਪਾਕਿਸਤਾਨ। ਫਿਲਹਾਲ ਇਹ ਹੈਰੋਇਨ ਦਾ ਬੈਗ ਕਿਸ ਨੇ ਸੁੱਟਿਆ ਤੇ ਤਸਕਰ ਕੌਣ ਹੈ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ। ਪੁਲਿਸ ਇਸ ਸਵਾਲ ਨੂੰ ਜਲਦ ਹੱਲ ਕਰਨ ਦਾ ਦਾਵਾ ਕਰ ਰਹੀ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ, ਖਬਰ ਹਰਪਲ ਇੰਡੀਆ ਲਈ।